ਤੁਸੀਂ ਸੁਣ ਰਹੇ ਹੋ ਤਵਾਰੀਖ ਪੰਜਾਬੀ ਸੂਬਾ ਮੋਰਚਾ 1955 ਜੂਨ ਦੇ ਹੰਗਾਮੇ ਜੂਨ ਮਹੀਨੇ ਮੋਰਚੇ ਦੇ ਹੰਗਾਮਿਆਂ ਦਾ ਮਹੀਨਾ ਕਿਹਾ ਜਾ ਸਕਦਾ ਹੈ ਇਸ ਦੇ ਪਹਿਲੇ ਹੀ ਦਿਨ ਦੁਨੀਆ ਨੇ ਪੁਲਿਸ ਨੂੰ ਖਿੱਚ ਕੇ ਅਕਾਲੀਆਂ ਤੇ ਉਹਨਾਂ ਦੇ ਹਮਾਇਤੀਆਂ ਦੇ ਗਲ ਪੈਂਦੇ ਵੇਖਿਆ ਲੁਧਿਆਣੇ ਸਰਦਾਰ ਸੁਰਜਨ ਸਿੰਘ ਦੇ ਜੋ ਮੋਰਚੇ ਵਿੱਚ ਅੰਮ੍ਰਿਤਸਰ ਸੇਵਾ ਕਰ ਰਹੇ ਸਨ ਘਰ ਦਾ ਸਾਰਾ ਸਮਾਨ ਕੁਰਕ ਕਰ ਲਿਆ ਗਿਆ ਤਾਂ ਤਾਂ ਅੱਧਾ ਤੋਂਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਜੋ ਵਰਕਰ ਪੁਲਿਸ ਦੇ ਕਾਬੂ ਨਾ ਆਏ ਉਹਨਾਂ ਦਾ maal ਡੰਗਰ ਕੁਰਕ ਕਰ ਲਿਆ ਗਿਆ ਜੋਸ਼ ਹੋਰ ਵਧਿਆ ਮੋਰਚੇ ਵਿੱਚ ਜਾਣ ਲਈ ਬਿਆਨਤ ਸਿੰਘ ਉਮਰਸਰ ਪਹੁੰਚ ਗਏ ਜੋਸ਼ ਦਾ ਇਹ ਆਲਮ ਸੀ ਕਿ ਮੁਕਸਰ ਵਿੱਚ ਆਪਣੇ ਆਪ ਸੱਤਿਆਗ੍ਰਹਿ ਕਰਕੇ 24 ਸਿੰਘਾਂ ਨੇ ਗ੍ਰਿਫਤਾਰੀ ਦੇ ਦਿੱਤੀ ਪਟਿਆਲੇ ਤੋਂ ਜਥੇਦਾਰ ਪ੍ਰੀਤਮ ਸਿੰਘ ਗੁਜਰਾ ਨੇ ਇੱਕ ਬਿਆਨ ਜਾਰੀ ਕਰਕੇ ਮੋਰਚੇ ਵਿੱਚ ਕੁੱਦਣ ਦਾ ਐਲਾਨ ਕੀਤਾ ਅਤੇ ਮਹਾਸ਼ਾ ਬ੍ਰਿਸ਼ਪਾਨ ਨੂੰ ਬੰਗਾ ਰਿਆ ਕਿ ਜੋ ਕੁਝ ਹੋ ਸਕਦਾ ਹੈ ਕਰ ਲਵੇ ਸਰਦਾਰ ਧਿਆਨ ਸਿੰਘ ਜੀ ਰਾੜੇਵਾਲ ਤੇ ਸਰਦਾਰ ਭਪਿੰਦਰ ਸਿੰਘ ਮਾਨ ਹਾਲਤ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪੁੱਜੇ 6 ਜੂਨ ਨੂੰ ਮੋਰਚ ਵਿੱਚ ਹੋਰ ਤੇਜ਼ੀ ਲਿਆਉਣ ਲਈ ਮੀਰੀ ਪੀਰੀ ਦਿਨ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਕਸ਼ਮੀਰ ਦੇ ਪ੍ਰਸਿੱਧ ਅਕਾਲੀ ਲੀਡਰ ਸਰਦਾਰ ਸੰਤ ਸਿੰਘ ਤੇਗ ਦੀ ਜਥੇਦਾਰੀ ਹੇਠ ਮੋਰਚੇ ਦਾ ਮੈਦਾਨ ਗਰਮ ਹੋਇਆ ਤੇ ਉਹਨਾਂ ਦੀ ਕਮਾਨ ਹੇਠ ਬੇਸ਼ਕ ਆਦਮੀ ਕਰਦੇ ਹੋਏ 47 ਬਲਾਂਟੀਆਂ ਦੇ 12 ਜਥੇ ਜੇਲ੍ਹ ਚਲੇ ਗਏ। ਉਹਨਾਂ ਵਿੱਚ ਜੰਮੂ ਦਾ ਇੱਕ ਹਿੰਦੂ ਨੌਜਵਾਨ ਉਜਾਗਰ لال ਵੀ ਸੀ ਜਿਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਆਪਣੇ ਸਿਰ ਤੋਂ ਟੋਪੀ ਉਤਾਰ ਕੇ ਸੁੱਟ ਦਿੱਤੀ ਤੇ ਐਲਾਨ ਕੀਤਾ ਕਿ ਇਸ ਬੇਈਮਾਨ ਟੋਪੀ ਨੂੰ ਮੈਂ ਜੀਵਨ ਭਰ ਲਈ ਕਦੇ ਸਿਰ 'ਤੇ ਨਹੀਂ ਰੱਖਾਂਗਾ। 3 ਜੂਨ ਨੂੰ ਸਰਦਾਰ ਹਰਵੰਦ ਸਿੰਘ ਈਸਾਪੁਰੀ ਮੈਮਰ ਸ਼੍ਰੋਮਣੀ ਕਮੇਟੀ ਨੇ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ। ਖੁੜੰਝ ਸਾਹਿਬ ਦੀ ਕਮਾਨ ਵਿੱਚ 10 ਜੂਨ ਨੂੰ ਮੋਰਚੇ ਦੀ ਕਮਾਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫ ਕਾ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਖੁਣੰਜ ਨੇ ਸੰਭਾਲੀ। ਉਹਨਾਂ ਦੀ ਜਥੇਦਾਰੀ ਹੇਠਾਂ 45 ਸਿੰਘਾਂ ਨੇ ਗ੍ਰਿਫਤਾਰੀ ਦਿੱਤੀ। ਇਹਨਾਂ ਦੇ ਜਥੇ ਵਿੱਚ ਬਹੁਤ ਕੁਰਬਾਨੀ ਵਾਲੇ ਸੱਜਣ ਸਨ। ਉਹਨਾਂ ਨੇ ਮੋਰਚੇ ਵਿੱਚ ਪਹਿਲਾ ਇਹ ਐਲਾਨ ਕੀਤਾ ਕਿ ਮਾਲਵਾ ਇਸ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਥੇ ਭੇਜ ਕੇ ਸੱੱਚਰ ਦੀ ਗ੍ਰਿਫਤਾਰੀ ਦੀ ਭੁੱਖ ਨੂੰ ਸ਼ਾਂਤ ਕਰ ਦੇਵੇਗਾ। ਇਹ ਜਥੇ ਵਿੱਚ ਮੀਤ ਜਥੇਦਾਰ ਬਾਬਾ ਭਾਗ ਸਿੰਘ ਜੀ ਐਮਐਲਏ ਮੁਕਸਰ ਦੇ ਨੌਜਵਾਨ ਪੁੱਤਰ ਸਰਦਾਰ ਗੁਰਵਚਨ ਸਿੰਘ ਸਨ ਜਿਨ੍ਹਾਂ ਨੇ ਬੜੇ ਚਾਅ ਉਤਸ਼ਾਹ ਤੇ ਜੋਸ਼ ਨਾਲ ਗ੍ਰਿਫਤਾਰੀ ਦਿੱਤੀ ਸਰਦਾਰ ਪ੍ਰੀਤਮ ਸਿੰਘ ਖੜਜ ਜਿਸ ਸਮੇ ਮੋਰਚ ਵਿੱਚ ਜਾਣ ਲਈ ਤਿਆਰ ਹੋਏ ਬੈਠੇ ਸਨ ਤਾਂ ਉਹਨਾਂ ਦੇ ਕੁਝ ਕਾਂਗਰਸੀ ਤੇ ਚੌਲੀ ਚੌਕ ਰਿਸ਼ਤੇਦਾਰ ਵੀ ਪਹੁੰਚ ਗਏ ਜਿਨ੍ਹਾਂ ਵਿੱਚ ਪੈਪਸੂ ਦਾ ਇੱਕ ਸਾਬਕਾ ਜੱਜ ਵੀ ਸੀ ਉਹਨਾਂ ਨੇ ਖੜਜ ਸਾਹਿਬ ਨੂੰ ਮੋਰਚ ਵਿੱਚ ਜਾਣ ਤੋਂ ਰੋਕਣ ਲਈ ਬੜਾ ਟੈਲ ਆਇਆ ਬੜੇ ਤਰਲੇ ਕੀਤੇ ਪਰ ਦੋਨਾਂ ਨੇ ਉਹਨਾਂ ਦੀ ਕੋਈ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਈ ਹਾਂ ਮੋਰਚੇ ਵਿੱਚ ਜ਼ਰੂਰ ਜਾਵਾਂਗਾ ਅਮਰੀਕਾ ਤੇ ਬ੍ਰਿਟਾਨੀਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਦੀ ਗੂੰਜ ਅਮਰੀਕਾ ਤੇ ਬ੍ਰਿਟਾਨੀਆ ਵਿੱਚ ਵੀ ਜਾ ਪੁੱਜੀ ਬੀਬੀਸੀ ਤੋਂ ਇਸ ਦੀਆਂ ਖਬਰਾਂ ਬ੍ਰਾਡਕਾਸਟ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅਮਰੀਕਾ ਤੇ ਬ੍ਰਿਟਾਨੀਆ ਦੇ ਉਹਨਾਂ ਅਖਬਾਰਾਂ ਨੇ ਇਸ ਮੋਰਚੇ ਦੀਆਂ ਖਬਰਾਂ ਆਪਣੇ ਪਹਿਲੇ ਸਫ਼ੇ 'ਤੇ ਵੱਡੀਆਂ ਸੁਰਖੀਆਂ ਦੇ ਕੇ ਛਾਪੀਆਂ ਕਿ ਜੋ ਲੱਖਾਂ ਦੀ ਗਿਣਤੀ ਵਿੱਚ ਸ਼ਬਦੇ ਹਨ ਪੁਲਿਸ ਦੀਆਂ ਅੱਖਾਂ ਵਿੱਚ ਕਟਾ ਲੁਧਿਆਣੇ ਵਿੱਚ ਵੀ ਮੀਰੀ ਪੀਰੀ ਦਿਨ ਪਰ ਜ਼ਬਰਦਸਤ ਹੰਗਾਮਾ ਹੋਇਆ ਅਕਾਲੀ ਸਿੰਘਾਂ ਨੇ ਪੁਲਿਸ ਦੀ ਨਾਕਾਬੰਦੀ ਨੂੰ ਤੋੜ ਕੇ ਵੱਖ-ਵੱਖ ਪਾਸਿਆਂ ਵੱਲੋਂ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਇਸ ਦਿਨ ਮੋਰਚੇ ਦੀ ਕਮਾਨ ਉੱਥੇ ਸਰਦਾਰ ਸੁਰਜਨ ਸਿੰਘ ਠੇਕੇਦਾਰ ਨੇ ਸੰਭਾਲੀ ਸੀ ਜੋ ਅੰਡਰਗਰਾਉਂਡ ਰਹਿ ਕੇ ਮੋਰਚੇ ਦਾ ਕੰਮ ਕਰ ਰਹੇ ਸਨ ਪੁਲਿਸ ਇਹਨਾਂ ਦਾ ਘਰ-ਘਾਟ ਕੁਰਕ ਕਰ ਚੁੱਕੀ ਸੀ ਉਹਨਾਂ ਨੇ ਅੰਮ੍ਰਿਤਸਰ ਤੋਂ ਲੁਧਿਆਣੇ ਪੁੱਜਣਾ ਸੀ ਅਤੇ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਗ੍ਰਿਫਤਾਰ ਕਰਨ ਲਈ ਸਖਤ ਪਹਿਰਾ ਲਾਇਆ ਹੋਇਆ ਸੀ। ਪਰੰਤੂ ਇਸ ਦੇ باوجود ਉਹ ਸਾਰੀ ਸਰਕਾਰੀ ਮਸ਼ੀਨਰੀ ਦੀ ਅੱਖਾਂ ਵਿੱਚ ਘੱਟਾ ਪਾ ਕੇ ਲੁਧਿਆਣੇ ਗੁਰਦੁਆਰਾ ਕਨਗੀਧਰ ਵਿੱਚ ਪੁੱਜ ਗਏ ਤੇ ਮੋਰਚੇ ਦੀ ਕਮਾਨ ਕਰਦੇ ਹੋਏ ਗ੍ਰਿਫਤਾਰੀ ਦਿੱਤੀ। ਲੁਧਿਆਣੇ ਦੇ ਔਰਲੇ ਸਟੇਸ਼ਨ ਪਰ ਉਹ ਗੱਡੀ ਤੋਂ ਉਤਰੇ। ਇੱਕ ਸਾਈਕਲ ਰਿਕਸ਼ਾ ਉੱਥੇ ਤਿਆਰ ਪਈ ਸੀ। ਉਸ ਪਰ ਬੈਠ ਕੇ ਪੇਸ ਬਦਲਦੇ ਹੋਏ ਸਰਦਾਰ ਸੁਰਜਨ ਸਿੰਘ ਨੇ ਦੋ ਸਵਾਰੀਆਂ ਲਈਆਂ। ਕਾਂਟੀ ਖੜਕਾਉਂਦੇ ਹੋਏ ਸ਼ਹਿਰ ਪਹੁੰਚ ਗਏ ਸਵਾਰੀਆਂ ਘਾਂਟਾ ਘਰ ਉਤਾਰੀਆਂ ਤੇ ਗੁਰਦੁਆਰਾ ਸਾਹਿਬ ਵੱਲ ਵਧੇ ਰਿਕਸ਼ਾ ਬਾਹਰ ਖੜੀ ਕਰ ਦਿੱਤੀ ਅਤੇ ਆਪ ਅੰਦਰ ਚਲੇ ਗਏ ਸਿੰਘਾਂ ਨੇ ਸਾਸਰੀ ਅਕਾਲ ਦੇ ਆਕਾਸ਼ ਗੰਜਾਉ ਨਾਅਰੇ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਮੋਰਚੇ ਦੀ ਕਮਾਨ ਸੰਭਾਲ ਕੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਦੇ ਹੋਏ ਜੇਲ ਚਲੇ ਗਏ ਇਸ ਦਿਨ ਪੈਪਸੂ ਦੇ ਸਿੰਘ ਕਾਫੀ ਗਣਤੀ ਵਿੱਚ ਪੁੱਜੇ ਸਨ ਪਟਿਆਲੇ ਦੀ ਬੀਬੀ ਤੰਨ ਦੇਵੀ ਦੀ ਜਥੇਦਾਰੀ ਹੇਠਾਂ ਬੀਬੀਆਂ ਦੇ ਤਿੰਨਾਂ ਜਥਿਆਂ ਨੇ ਵੀ ਸੱਤਿਆਗ੍ਰਹਿ ਕੀਤਾ ਅਤੇ ਜੇਲ੍ਹ ਚਲੇ ਗਏ। ਲੁਧਿਆਣਾ ਵਿੱਚ ਇਸ ਦਿਨ ਕੁਝ ਹੋਰ ਸਰਕਾਰ ਦਾ ਸਿੰਘਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਵਿੱਚ ਪੰਜਾਬ ਹਾਈ ਕੋਰਟ ਦੇ ਜੱਜ ਸਰਦਾਰ ਹਰਨਾਮ ਸਿੰਘ ਦੇ ਭਰਾਤਾ, ਸਰਦਾਰ ਜੋਧ ਸਿੰਘ ਠੇਕੇਦਾਰ ਤੇ ਇੱਕ ਐਡਵੋਕੇਟ ਵੀ ਸ਼ਾਮਲ ਸਨ। ਉਹ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤੇ ਗਏ। 5 ਜੂਨ ਨੂੰ ਸਰਦਾਰ ਅਮਰ ਸਿੰਘ ਅਲੀਗੜ ਦੀ ਜਥੇਦਾਰੀ ਹੇਠ ਯੂਪੀ ਦੇ ਉਨ੍ਹਾਂ 40 ਸਿੰਘਾਂ ਨੇ ਸੱਤਿਆਗ੍ਰਹਿ ਕੀਤਾ ਜੋ ਅਸ਼ੂਤ ਜਾਤੀਆਂ ਵਿੱਚੋਂ ਸਜਰੇ ਸਿੰਘ ਸਜੇ ਸਨ ਇਹ ਹਰ ਇੱਕ ਆਪਣੇ ਆਪਣੇ ਪਿੰਡ ਦਾ ਜੱਥੇਦਾਰ ਸੀ ਜੱਥੇਦਾਰ ਸਰਦਾਰ ਪ੍ਰੀਤਮ ਸਿੰਘ ਪ੍ਰਧਾਨ ਗੁਰਦੁਆਰਾ ਥੰਮਸਾ ਤੇ ਮੀਤ ਜੱਥੇਦਾਰ ਸਰਦਾਰ ਬਾਵਾ ਸਿੰਘ ਕਨੇਡੀਅਨ ਦੀ ਕਮਾਨ ਹੇਠਾਂ 5 ਜੂਨ ਦੇ ਸਤਿਆਗ੍ਰਹਿ ਜੱਥੇ ਵਿੱਚ ਚੌੜ ਸਿੰਘ ਸ਼ਾਮਲ ਹੋ ਕੇ ਜੇਲ੍ਹ ਗਏ ਪਹਿਲੀਆਂ ਸਜਾਵਾਂ 4 ਜੂਨ ਨੂੰ ਜਲ ਅੰਮ੍ਰਿਤਸਰ ਦੀ ਡਿਸਟ੍ਰਿਕਟ ਜੇਲ੍ਹ ਵਿੱਚ ਸਥਾਨਕ ਐਡੀਐਮ ਦੀ ਅਦਾਲਤ ਵਿੱਚ ਸਰਦਾਰ ਹਰਵੰਦ ਸਿੰਘ ਫਰੰਟੀਅਰ ਅਤੇ ਉਹਨਾਂ ਦੇ ਸਾਥੀਆਂ ਸਰਦਾਰ ਹਰਵੰਦ ਸਿੰਘ ਤੇ ਸਰਦਾਰ ਅਤਰ ਸਿੰਘ ਵਿਰੁੱਧ ਮੁਕਾਦਮੇ ਦੀ ਸੁਣਵਾਈ ਹੋਈ ਤਾਂ ਉਹਨਾਂ ਨੇ ਜੁਰਮ ਦਾ اقਬਾਲ ਕਰ ਲਿਆ ਅਤੇ ਆਖਿਆ ਅਸਾਂ ਕੋਈ ਸਫਾਈ ਨਹੀਂ ਦੇਣੀ ਸਾਡੇ ਮੁਕਾਦਮੇ ਦਾ ਫੈਸਲਾ ਅੱਜ ਹੀ ਕਰ ਦਿੱਤਾ ਜਾਵੇ ਜਨਾਂਚੇ ਅਦਾਲਤ ਨੇ ਉਹਨਾਂ ਨੂੰ 6-6 ਮਹੀਨੇ ਸਖਤ ਕੈਦ ਤੇ 2-200 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਜੋ ਪਿੱਛੋਂ ਜਾ ਕੇ ਸੈਸ਼ਨ ਕੋਰਟ ਨੇ 4 ਅਗਸਤ ਨੂੰ ਬਰੀ ਕਰ ਦਿੱਤੇ ਮੀਰੀ ਪੀਰੀਦਨ 6 ਜੂਨ ਦਾ ਮੀਰੀ ਪੀਰੀਦਨ ਮੋਰਚੇ ਵਿੱਚ ਖਾਸ ਹੰਗਾਮੇ ਦਾ ਦਰਜਾ ਰੱਖਦਾ ਹੈ। ਇਸ ਦਿਨ ਪਹਿਲੀ ਵਾਰ ਅੱਧੀ ਰਾਤ ਦੇ ਪਿੱਛੋਂ 2 ਵਜੇ ਤੱਕ ਮੋਰਚਾ ਗਰਮ ਰਿਹਾ। ਇਸ ਕਰਕੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਦਾ ਵਕਤ ਇਹੋ ਹੀ ਸੀ। ਅਤਿਅੰਤਮ ਜਥਾ ਇਸੇ ਸਮੇਂ ਭੇਜਣ ਦਾ ਪ੍ਰੋਗਰਾਮ ਜ਼ਰੂਰੀ ਸਮਝਿਆ ਗਿਆ ਸੀ। ਅੰਮ੍ਰਿਤਸਰ ਵਿੱਚ ਮੋਰਚੇ ਦੀ ਕਮਾਨ ਮੀਰੀ ਪੀਰੀ ਦਵਸਪੁਰ ਸਰਦਾਰ ਮੱਖਣ ਸਿੰਘ ਹਰੋਕੇ ਅੰਮ੍ਰਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲੀ ਅਤੇ ਉਹਨਾਂ ਦੀ ਜਥੇਦਾਰੀ ਹੇਠ 132 ਸਿੰਘਾਂ ਦੇ 33 ਜਥਿਆਂ ਨੇ ਸੱਤਿਆਗ੍ਰਹਿ ਕਰਕੇ ਗ੍ਰਿਫਤਾਰੀ ਦਿੱਤੀ। ਮੀਰੀ ਪੀਰੀ ਦੇਨ ਦੇ ਮੋਰਚੇ ਵਿੱਚ ਬੀਬੀਆਂ ਫੇਰ ਮੈਦਾਨ ਵਿੱਚ ਆਈਆਂ ਅਤੇ ਅੰਮ੍ਰਿਤਸਰ ਦੀ ਬੀਬੀ ਕਰਪਾਲ ਕੌਰ ਦੀ ਜਥੇਦਾਰੀ ਹੇਠ 4-4 ਦੇ 4 ਜਥਿਆਂ ਵਿੱਚ ਹੋ ਕੇ 16 ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਤੇ ਜੇਲ੍ਹ ਚਲੀਆਂ ਗਈਆਂ। 1 ਲੱਖ ਦੀ ਗਿਣਤੀ ਵਿੱਚ ਸੰਗਤਾਂ ਇਸ ਮੋਰਚੇ ਦਾ ਅਦੁੱਤੀ ਨਜ਼ਾਰਾ ਵੇਖ ਕੇ ਜਦ ਘਰਾਂ ਨੂੰ ਜਾ ਰਹੀਆਂ ਸਨ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਸਿੰਘਾਂ ਨੂੰ ਪੁਲਿਸ ਨੇ ਰਾਸਤੇ ਜਾਂ ਕੋਚਰ ਪਿੱਛੋਂ ਉਹਨਾਂ ਦੇ ਘਰਾਂ 'ਪਰ ਛਾਪੇ ਮਾਰ ਕੇ ਗ੍ਰਿਫਤਾਰ ਕਰ ਲਿਆ 4 ਜੂਨ ਨੂੰ ਪੁਲਿਸ ਨੇ ਲੁਧਿਆਣੇ ਵਿੱਚ ਫੇਰ ਅਚਾਨਕ ਛਾਪੇ ਮਾਰੇ ਅਤੇ ਪੰਜਾਬ ਅਸੈਂਬਲੀ ਵਿੱਚ ਆਪੋਜੀਸ਼ਨ ਦੇ ਲੀਡਰ ਸਰਦਾਰ ਗੋਪਾਲ ਸਿੰਘ ਖਾਲਸਾ ਮੈਂਬਰ ਸਰਦਾਰ ਬਜੀਤ ਸਿੰਘ ਤੇ ਅਜਮੇਰ ਸਿੰਘ ਅਤੇ ਪੰਜਾਬ ਕੌਂਸਲ ਦੇ ਮੈਂਬਰ ਸਰਦਾਰ ਰਾਮ ਦਿਆਲ ਸਿੰਘ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਗਿਆ ਇਸ ਦਿਨ ਗ੍ਰਫਤਾਰ ਹੋਣ ਵਾਲਿਆਂ ਵਿੱਚ ਰੋਪੜ ਦੇ ਸਿਰ ਕਰਦਾ ਪੰਥਕ ਲੀਡਰ ਸਰਦਾਰ ਸੁਰਮਕ ਸਿੰਘ ਤੇ ਸਰਦਾਰ ਸੰਤ ਸਿੰਘ ਗੁਜਰਖਾਨੀ ਦੇ ਨਾਮ ਖਾਸ ਤੌਰ ਤੇ ਵਰਨਨ ਜੋਗਾਨ ਜਨੰਦਰ ਵਿੱਚ ਇਸ ਦਿਨ ਡਾਕਟਰ ਕਰਤਾਰ ਸਿੰਘ ਬੱਬਰ ਦੀ ਜਥੇਦਾਰੀ ਹੇਠਾਂ ਸੱਤਿਆਗ੍ਰਹਿ ਕਰਕੇ 11 ਸਿੰਘਾਂ ਨੇ ਗ੍ਰਫਤਾਰੀ ਦਿੱਤੀ ਮਲੋਟ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਛੂਟੇ ਪਾਈ ਸਰਦਾਰ ਗਰਦਾਸ ਸਿੰਘ 25 ਸਿੰਘਾਂ ਸਮੇਤ ਪੰਜਾਬੀ ਸੂਬਾ ਮੋਰਚੇ ਦੇ ਨਾਅਰੇ ਮਾਰਦੇ ਹੋਏ ਗ੍ਰਫਤਾਰ ਹੋਏ ਇਸ ਦਿਨ ਮੁਕਸਰ ਦੇ ਕੁਝ ਹੋਰ ਥਾਵਾਂ ਪਰ ਵੀ ਸਤਿਆਗ੍ਰਹਿ ਕਰਕੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ 7-800 ਆਦਮੀ ਜੇਲ੍ਹ ਭੇਜੇ ਗਏ ਜਿਸ ਨਾਲ ਮੋਰਚੇ ਲਈ ਨਵਾਂ ਜੋਸ਼ ਤੇ ਉਤਸ਼ਾਹ ਜਾਗਿਆ ਅਤੇ ਇੱਕ ਤੂਫਾਨ ਦੀ ਸ਼ਕਲ ਧਾਰ ਕੇ ਸਾਰੀਆਂ ਰੋਕਾਂ ਤੋੜਦਾ ਹੋਇਆ ਇਹ ਸਫਲਤਾ ਵੱਲ ਅੱਗੇ ਵਧਣ ਲੱਗਾ ਪ੍ਰਿੰਸੀਪਲ ਇਕਵਾਲ ਸਿੰਘ ਮੈਦਾਨ ਵਿੱਚ ਮੋਰਚੇ ਦੇ ਦੂਜੇ ਡਿਕਟੇਟਰ ਪ੍ਰਿੰਸੀਪਲ ਇਕਵਾਲ ਸਿੰਘ ਜੀ ਨੇ ਪੂਰੀ ਸ਼ਾਂਤ ਤੇ ਸਫਲਤਾ ਨਾਲ ਪੂਰਾ ਇੱਕ ਮਹੀਨਾ ਮੋਰਚਾ ਚਲਾਇਆ ਇਸ ਦੌਰਾਨ ਵਿੱਚ ਉਹਨਾਂ ਨੇ ਕਈ ਬਿਆਨ ਪ੍ਰੈਸ ਨੂੰ ਦਿੱਤੇ ਅਤੇ ਸਾਰੇ ਮੋਰਚੇ ਦੀ ਅਗਵਾਈ ਦਲੇਰੀ ਨਾਲ ਕਰਦੇ ਹੋਏ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਸ਼ਹਿਰ ਦਾ ਚੱਪਾ-ਜੱਪਾ ਪੋਲ ਮਾਰਿਆ ਪਰੰਤੂ ਉਸ ਨੂੰ ਰਤਾ ਵੀ ਕਾਮਯਾਬੀ ਨਹੀਂ ਹੋਈ ਵਜ਼ੀਰਾ ਅਤੇ ਸਰਕਾਰੀ ਮਸ਼ੀਨਰੀ ਦੇ ਹੋਰ ਪੁਰਜ਼ਿਆਂ ਨੇ ਸਾਰਾ ਜ਼ੋਰ ਇਹ ਗੱਲ ਦੱਸਣ ਪਰ ਲਾ ਦਿੱਤਾ ਕਿ ਉਹ ਦਰਬਾਰ ਸਾਹਿਬ ਵਿੱਚ ਲੁਕੇ ਬੈਠੇ ਹਨ ਹਾਲਾਂਕਿ ਇਹ ਗੱਲ ਬਿਲਕੁਲ ਗਲਤ ਸੀ ਉਹ ਸ਼ਹਿਰ ਦੀ ਇੱਕ ਖੁੱਲੀ ਥਾਂ ਕੁਲੇ ਮਕਾਨ ਵਿੱਚ ਰਹਿ ਕੇ ਕੰਮ ਕਰਦੇ ਰਹੇ ਸਨ ਆਖਰਕਾਰ ਮੀਰੀ ਪੀਰੀ ਵਾਲੇ ਦਿਨ ਅਕਾਲੀ ਹਾਈ ਕਮਾਂਡ ਨੇ ਉਹਨਾਂ ਦੀ ਗ੍ਰਿਫਤਾਰੀ ਦੇਣ ਲਈ ਮੋਰਚੇ ਦੇ ਦੂਜੇ ਮਹੀਨੇ ਪਹਿਲਾ ਦਿਨ ਨਿਜਿੱਤ ਕਰ ਦਿੱਤਾ ਸੀ ਇਸ ਦੌਰਾਨ ਵਿੱਚ ਮੋਰਚੇ ਵਿੱਚ ਹੋਰ ਤੇਜ਼ੀ ਆ ਰਹੀ ਸੀ 7 ਜੂਨ ਨੂੰ ਹੁਸ਼ਿਆਰਪੁਰ ਤੇ ਸੰਗਰੂਰ ਦੇ 20 ਵੀ ਵਲੰਟੀਅਰਾਂ ਦੇ 10 ਜੱਤੇ ਸਰਦਾਰ ਗਰਵਖਸ਼ ਸਿੰਘ ਤੇ ਸਰਦਾਰ ਸ਼ਬ ਸਿੰਘ ਦੀ ਅਗਵਾਈ ਹੇਠਾਂ ਜੇਲ੍ਹ ਗਏ 8 ਜੂਨ ਨੂੰ ਸਰਦਾਰ ਗਰਵਖਸ਼ ਸਿੰਘ ਕਟਾਣੀ ਦੀ ਜਥੇਦਾਰੀ ਹੇਠਾਂ 40 ਸਿੰਘ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਦੇ ਹੋਏ ਪੁਲਿਸ ਦੀਆਂ ਲਾਰੀਆਂ ਵਿੱਚ ਜਾ ਚੜੇ ਅਤੇ 9 ਜੂਨ ਨੂੰ ਸਰਦਾਰ ਮੁਖਤਾਰ ਸਿੰਘ ਹਸਾਰ ਜਥੇਦਾਰ ਧਰਮ ਸਿੰਘ ਕਰਨਾਲ ਅਤੇ ਸਰਦਾਰ ਕਰਤਾਰ ਸਿੰਘ ਧਿਆਗੀ ਦੀ ਕੁਮਾਰ ਹੇਠਾਂ ਇਹਨਾਂ ਤਿੰਨਾਂ ਹੀ ਜ਼ਿਲ੍ਹਿਆਂ ਦੇ 40 ਸਿੰਘਾਂ ਨੇ ਨੱਚ ਦੇ ਟੱਪ ਦੇ ਤੇ ਛਾਲਾਂ ਮਾਰਦੇ ਗ੍ਰਿਫਤਾਰੀਆਂ ਦਿੱਤੀਆਂ ਦੂਜਾ ਮਹੀਨਾ ਸ਼ੁਰੂ 10 ਜੂਨ ਨੂੰ ਮੋਰਚੇ ਦਾ ਦੂਜਾ ਮਹੀਨਾ ਸ਼ੁਰੂ ਹੋ ਗਿਆ ਮੋਰਚੇ ਦੇ ਪਹਿਲੇ ਮਹੀਨੇ ਵਿੱਚ ਜੇਲ੍ਹ ਜਾਣ ਵਾਲਿਆਂ ਦੇ ਅੰਕੜੇ 5000 ਦੇ ਕਰੀਬ ਫੈਲ ਰਹੇ ਸਨ। ਇਤਨੀ ਭਾਰੀ ਗੜਤੀ ਵਿੱਚ ਗ੍ਰਿਫਤਾਰੀਆਂ ਦੇਣ ਪਰ ਵੀ ਮਹਾਨਸ਼ਾ ਅਖਬਾਰਾਂ ਤੇ ਸਰਕਾਰੀ ਪੋਰਜਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਮੋਰਚੇ ਲਈ ਬਲੰਟੀਅਰ ਨਹੀਂ ਮਿਲ ਰਹੇ। ਇਸ ਲਈ ਅਕਾਲੀ ਹਾਈ ਕਮਾਂਡ ਵੱਲੋਂ ਗਿਣਤੀ ਵਿੱਚ ਇੱਕਦਮ ਹੀ ਵਾਅਦਾ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪ੍ਰਿੰਸੀਪਲ ਇਕਵਾਲ ਸਿੰਘ ਜੀ ਜਲ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੋਪਾ ਲੈ ਕੇ ਅਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗ੍ਰਫਤਾਰੀ ਲਈ ਤਿਆਰ ਹੋ ਕੇ ਦੀਵਾਨ ਸਥਾਨ ਪਰ ਆਏ ਤਾਂ ਸ਼ਾਂਤਮਈ ਜੁੱਧ ਦੇ ਉਸ ਬਹਾਦਰ ਜਰਨੈਲ ਦੇ ਨਾਲ 200 ਬਲੰਟੀਅਰਾਂ ਦੀ ਫੌਜ ਸੀ ਇਹ ਸਾਰੇ ਦੇ ਸਾਰੇ ਸਿੰਘ ਚਾਰ-ਚਾਰ ਦੇ ਜੱਥਿਆਂ ਵਿੱਚ ਹੋ ਕੇ ਮੋਰਚੇ ਦੇ ਮੈਦਾਨ ਵਿੱਚ ਅੱਗੇ ਵਧੇ ਅਤੇ ਨੀਅਤ ਨਾਰੇ ਮਾਰਦੇ ਹੋਏ ਜੇਲ੍ਹ ਚਲੇ ਗਏ ਸੱਚਰ ਦੇ ਬੂਹੇ ਅੱਗੇ ਇਸ ਚਲ ਮੋਰਚੇ ਦਾ ਮੈਦਾਨ ਸੱਚਰ ਸਰਕਾਰ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਗਰਮ ਹੋ ਗਿਆ ਅਚਾਨਕ ਉਥੇ 40 ਸ਼ੂਰ ਵੀਰਾਂ ਦਾ ਇੱਕ ਜੱਥਾ ਪ੍ਰਗਟ ਹੋ ਗਿਆ ਉਸ ਨੇ ਭੀਮ ਸੈਨ ਦੀ ਕੋਠੀ ਗਵਰਨਮੈਂਟ ਹਾਊਸ ਤੇ ਅਸੈਂਬਲੀ ਚੈਂਬਰ ਦੇ ਆਲੇ-ਦੁਆਲੇ ਅਚਾਨਕ ਹੀ ਪੰਜਾਬੀ ਸੂਬਾ ਜਿੰਦਾਬਾਦ ਕਰਨਾ ਸ਼ੁਰੂ ਕਰਕੇ ਉਸ ਨੂੰ ਹੱਥਾਂ ਪੈਰਾਂ ਦੀ ਬਾ ਦਿੱਤੀ ਅਤੇ ਆਖਰਕਾਰ ਗ੍ਰਿਫਤਾਰ ਹੋ ਗਏ ਇਸ ਦਿਨ ਪੰਜਾਬ ਦੇ ਪ੍ਰਸਿੱਧ ਕੌਮੀ ਸਿੱਖ ਲੀਡਰ ਚੌਧਰੀ ਕਰਤਾਰ ਸਿੰਘ ਐਮ ਐਲ ਸੀ ਅਤੇ ਪ੍ਰਸਿੱਧ ਸਿੱਖ ਸਕਾਲਰ ਪ੍ਰਿੰਸੀਪਲ ਗੰਗਾ ਸਿੰਘ ਨੇ ਵੀ ਐਲਾਨ ਕਰ ਦਿੱਤਾ ਕਿਉਂ ਬਕਾਇਦਾ ਸत्याग्रह ਵਿੱਚ ਹਿੱਸਾ ਲੈ ਕੇ ਗ੍ਰਿਫਤਾਰੀਆਂ ਦੇਣਗੇ ਪੰਜਾਬ ਦਾ ਪ੍ਰਸਿੱਧ ਦੇਸ਼ ਭਗਤ ਲੀਡਰ ਪ੍ਰਿੰਸੀਪਲ ਮੋਤਾ ਸਿੰਘ ਐਮ ਐਲ ਏ ਗਾਂਧੀ ਜਨਤਾ ਪਾਰਟੀ ਨੇ ਜਲੰਧਰੋਂ ਇਹ ਬਿਆਨ ਜਾਰੀ ਕਰਕੇ ਇਹ ਸਚਾਈ ਪ੍ਰਗਟ ਕੀਤੀ ਕਿ ਸ਼੍ਰੋਮਣੀ ਕਾਲੀਦਾ ਲਹਿਰ ਮੋਰਚਾ ਸਿੱਖ ਕੌਮ ਦਾ ਮੋਰਚਾ ਬਣ ਚੁੱਕਿਆ ਹੈ ਸਰਕਾਰ ਦੀ ਕੋਈ ਸ਼ਕਤੀ ਇਸ ਨੂੰ ਕੁਚਲ ਨਹੀਂ ਸਕਦੀ ਅਸਲੀ ਸਰਕਾਰ ਅਕਲ ਤੋਂ ਕੰਮ ਲਵੇ ਗੋਜਰਾ ਦੀ ਜੇਲ੍ਹ ਗਾ 11 ਜੂਨ ਨੂੰ ਸਰਦਾਰ ਬੂਟਾ ਸਿੰਘ ਜੀ ਰਈਸ ਤੇ ਗਿਆਨੀ ਸ਼ੇਰ ਸਿੰਘ ਦੀ ਜਥੇਦਾਰੀ ਹੇਠਾਂ 10 ਜਥੇ 40 ਸਿੰਘਾਂ ਦੇ ਗ੍ਰਿਫਤਾਰ ਹੋਏ। ਪਹਿਲਾਂ ਐਲਾਨ ਹੋ ਚੁੱਕਾ ਸੀ ਕਿ 12 ਜੂਨ ਨੂੰ ਸੱਤਿਆਗ੍ਰਹਿ ਦੇ ਕਮਾਂਡਰ ਸਰਦਾਰ ਅਮਰ ਸਿੰਘ ਦਸਾਂਝ ਹੋਣਗੇ। ਪਰੰਤੂ ਇਸ ਦੌਰਾਨ ਵਿੱਚ ਜਥੇਦਾਰ ਪ੍ਰੀਤਮ ਸਿੰਘ ਜੀ ਗੋਜਰਾ ਪੈਪਸੂ ਵਿੱਚੋਂ ਆਪਣਾ ਜਥਾ ਲੈ ਕੇ ਪਹੁੰਚ ਚੁੱਕੇ ਸਨ। ਅਤੇ ਉਹ ਜੇਲ੍ਹ ਜਾਣ ਲਈ ਕਾਲੇ ਪੈ ਸਨ। ਇਸ ਲਈ ਅਕਾਲੀ ਹਾਈ ਕਮਾਂਡ ਨੇ ਦਸਾਂਝ ਜੀ ਨੂੰ ਇੱਕ ਦਿਨ ਲਈ ਰੋਕ ਲਿਆ ਅਤੇ ਇਸ ਦਿਨ ਜਥੇਦਾਰ ਗੋਜ਼ਰਾ ਆਪਣੇ ਨਾਲ ਬਹੱਤਰ ਸਿੰਘਾਂ ਨੂੰ ਲੈ ਕੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਦੇ ਹੋਏ ਜੇਲ੍ਹ ਜਾਂ ਪੁੱਜੀ ਸਰਦਾਰ ਅਮਰ ਸਿੰਘ ਦਸਾਂਝ ਨੇ 13 ਜੂਨ ਨੂੰ ਬਹੱਤਰ ਸਿੰਘਾਂ ਨੂੰ ਨਾਲ ਲੈ ਕੇ ਸੱਤਿਆਗ੍ਰਹਿ ਕੀਤਾ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਹੀ ਸਿੱਖ ਕੌਮ ਦੇ ਪ੍ਰਸਿੱਧ ਸਕਾਲਰ ਪ੍ਰਿੰਸੀਪਲ ਗੰਗਾ ਸਿੰਘ ਜੀ ਜੇਲ੍ਹ ਗਏ ਏਸੇ ਦਿਨ ਮੋਰਚੇ ਦੇ ਤੀਜੇ ਡਿਕਟੇਟਰ ਸਰਦਾਰ ਭਪਿੰਦਰ ਸਿੰਘ ਜੀ ਮਾਨ ਨੇ ਅੰਮ੍ਰਿਤਸਰ ਪੁੱਜ ਕੇ ਮੋਰਚੇ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਮੰਜੀ ਸਾਹਿਬ ਦੇ ਦივਾਨ ਵਿੱਚ ਤਕਰੀਰ ਕਰਦੇ ਹੋਏ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਸ ਮੋਰਚੇ ਵਿੱਚ ਸ਼ਾਂਤਮਈ ਲਹਿਰਾਂ ਵਿੱਚ ਗ੍ਰਿਫਤਾਰੀਆਂ ਦੇਣ ਦੇ ਸਾਰੇ ਰਿਕਾਰਡ ਤੋੜ ਦੇਾਂਗੇ ਅਤੇ ਦੱਸ ਦੇਾਂਗੇ ਕਿ ਜਿਉਂਦੀ ਜਾਗਦੀ ਸਿੱਖ ਕੌਮ ਨੂੰ ਸੰਸਾਰ ਦੀ ਕੋਈ ਸ਼ਕਤੀ ਦਬਾ ਨਹੀਂ ਸਕਦੀ ਇਸ ਦਿਨ ਪੰਜਾਬ ਭਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗ੍ਰਿਫਤਾਰੀਆਂ ਪੁਲਿਸ ਨੇ ਘਰਾਂ ਤੇ ਦੁਕਾਨਾਂ ਵਿੱਚ ਛਾਪੇ ਮਾਰ ਕੇ ਕੀਤੀਆਂ ਪ੍ਰਸਿੱਧ ਸਹਿਜਧਾਰੀ ਲੀਡਰ ਭਾਈ ਰਾਮ ਲਾਲ ਰਾਹੀਂ ਇਸੇ ਦਿਨ ਅੰਬਾਲਾ ਦੇ ਤੋਂ ਕੁਝ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤੇ ਗਏ ਅਤੇ ਇਸੇ ਹੀ ਦਿਨ ਡਾਕਟਰ ਹਰਨਾਮ ਸਿੰਘ ਆਫ ਪੰਜਾਬ ਗੈਜ਼ਟ ਨੇ ਅੰਮ੍ਰਿਤਸਰ ਵਿੱਚ ਗ੍ਰਿਫਤਾਰੀ ਦਿੱਤੀ ਸਰਦਾਰ ਹੁਕਮ ਸਿੰਘ ਜੀ ਪੁੱਜ ਗਏ ਮੋਰਚੇ ਦੇ ਪਹਿਲਾਂ ਸਰਦਾਰ ਹੁਕਮ ਸਿੰਘ ਜੀ ਮੈਂਬਰ ਪਾਰਲੀਮੈਂਟ ਦੇਸ਼ ਦੇ ਇੱਕ ਪਾਰਲੀਮੈਂਟਰੀ ਵਫਤ ਨਾਲ ਸ਼ਾਮਲ ਹੋ ਕੇ ਰੂਸ ਤੇ ਯੂਰਪ ਦੇ ਦੌਰੇ ਪਰ ਰਵਾਨਾ ਹੋ ਚੁੱਕੇ ਸਨ ਇਸ ਯਾਤਰਾ ਪਰ ਉਹ ਉਸ ਸਮੇਂ ਰਵਾਨਾ ਹੋਏ ਸਨ ਜਦ ਸਮੇਂ ਲਾਲਾ ਪੀਮ ਸਹਿਨ ਸੱਚਰ ਨੇ اقرار ਕਰ ਲਿਆ ਹੋਇਆ ਸੀ ਕਿ ਉਹ پابੰਦੀ ਵਾਪਸ ਲੈ ਲੈਣਗੇ ਪਰੰਤੂ ਉਹਨਾਂ ਦੇ ਜਾਣ ਤੋਂ ਪਿੱਛੋਂ ਜਦ ਮੋਰਚਾ ਗਰਮ ਹੋ ਗਿਆ ਅਤੇ ਉਹਨਾਂ ਦੀਆਂ ਖਬਰਾਂ ਉਹਨਾਂ ਪ੍ਰਦੇਸ਼ਾਂ ਵਿੱਚ ਬੈਠਿਆਂ ਸੁਣੀਆਂ ਤਾਂ ਉਹਨਾਂ ਦੇ ਪੰਥਕ ਜਜ਼ਬੇ ਨੇ ਜੋਸ਼ ਮਾਰਿਆ ਅਤੇ ਉਹ ਦੌਰੇ ਦਾ ਸਾਰਾ ਪ੍ਰੋਗਰਾਮ ਵਿੱਚੇ ਛੱਡ ਕੇ ਹਵਾਈ ਜਹਾਜ਼ ਦੁਆਰਾ ਵਾਪਸ ਨਵੀਂ ਦਿੱਲੀ ਪਹੁੰਚ ਗਏ ਆਪ 12 ਜੂਨ ਨੂੰ ਸ਼ਾਮ ਨੂੰ ਪਾਲਮ ਦੇ ਹਵਾਈ ਅੱਡੇ ਪਰ ਉਤਰੇ ਅਤੇ ਉਸੇ ਦਿਨ ਹੀ ਸਰਗਰਮੀ ਨਾਲ ਪੰਥ ਸੇਵਾ ਦੇ ਮੈਦਾਨ ਵਿੱਚ ਕੁੱਦ ਪਏ ਚੌਧਰੀ ਕਰਤਾਰ ਸਿੰਘ ਚੌਧਰੀ ਕਰਤਾਰ ਸਿੰਘ ਮੋਰਚੇ ਵਿੱਚ ਜਾ ਕੇ ਗ੍ਰਿਫਤਾਰੀ ਦੇਣ ਲਈ ਕਾਲੇ ਪੈ ਹੋਏ ਸਨ ਉਹ ਪੰਜਾਬ ਕੌਂਸਲ ਦੇ ਮੈਂਬਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਿੱਧ ਜਾਟ ਲੀਡਰ ਸਨ ਅਤੇ ਪੰਥਕ ਕਾਜ ਲਈ Hindu ਹੋ ਕੇ ਵੀ ਲੜਨਾ ਤੇ ਕੁਰਬਾਨੀ ਦੇਣੀ ਉਹਨਾਂ ਦੀ ਰਵਾਇਤ ਬਣ ਚੁੱਕੀ ਸੀ ਗੁਰਦੁਆਰਾ ਚੋਣਾ ਵਿੱਚ ਤਕਰੀਰਾਂ ਕਰਨ ਦੇ ਇਲਜ਼ਾਮਾਂ ਵਿੱਚ ਉਹਨਾਂ ਵਿਰੁੱਧ ਕਈ ਮੁਕਾਦਮੇ ਬਣੇ ਮੋਰਚੇ ਦੇ ਸਿਲਸਿਲੇ ਵਿੱਚ ਵੀ ਉਹਨਾਂ ਦੇ ਬਰੰਟ ਨਿਕਲੇ ਹੋਏ ਸਨ ਤੇ ਉਹਨਾਂ ਦੀ ਜਾਇਦਾਦ ਵੀ ਕੁਰਕ ਹੋ ਚੁੱਕੀ ਸੀ ਉਨ੍ਹਾਂ ਦੇ ਜੇਲ੍ਹ ਜਾਣ ਲਈ ਉਤਾਵਲਾਪਣ ਵੇਖ ਕੇ ਹਾਈ ਕਮਾਂਡ ਨੇ ਉਹਨਾਂ ਨੂੰ ਸਤਿਆਗ੍ਰਹਿ ਦੀ ਆਗਿਆ ਦੇ ਦਿੱਤੀ ਅਤੇ 14 ਜੂਨ ਨੂੰ ਉਹ 50 ਵਲੰਟੀਅਰਾਂ ਦੀ ਕਮਾਂਡ ਸੰਭਾਲਦੇ ਜੇਲ੍ਹ ਚਲੇ ਗਏ। ਚੌਧਰੀ ਸਾਹਿਬ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਿੱਧ ਰਈਸ ਟਿੱਕਾ ਅਮਰਜੀਤ ਸਿੰਘ ਵੀ ਜੇਲ੍ਹ ਚਲੇ ਗਏ। ਇਸ ਦਿਨ ਦੇ ਸਤਿਆਗ੍ਰਹਿ ਵਿੱਚ 15 ਵਲੰਟੀਅਰ ਪਟਿਆਲੇ ਸ਼ਹਿਰ ਦੇ ਸਨ ਜੋ ਪਟਿਆਲੇ ਵਿੱਚ ਮੋਰਚੇ ਲਈ ਤਕੜਾ ਕੰਮ ਕਰਨ ਪਿੱਛੋਂ ਮੋਰਚੇ ਵਿੱਚ ਆਏ ਸਨ। ਅਸਤੇਂ ਅੰਮ੍ਰਿਤਸਰ ਵਿੱਚ ਫੇਰ ਧੜਾ ਧੜ ਗ੍ਰਿਫਤਾਰੀਆਂ ਹੋਈਆਂ ਸ਼ਹਿਰ ਦੇ ਬਹੁਤ ਸਾਰੇ ਵੱਡੇ ਵੱਡੇ ਸਿੱਖ ਵਪਾਰੀ ਵੀ ਦੁਕਾਨਾਂ 'ਤੇ ਬੈਠੇ ਧਰਲੇ ਗਏ ਭਾਰਤ ਮਕੈਨਿਕਲ ਵਰਕਸ਼ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਵੀ ਇਸੇ ਦਿਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗ੍ਰਿਫਤਾਰ ਹੋਏ ਵੱਡੇ ਵੱਡੇ ਲੀਡਰਾਂ ਪ੍ਰਿੰਸੀਪਲ ਗੰਗਾ ਸਿੰਘ ਸਰਦਾਰ ਅਮਰ ਸਿੰਘ ਦੁਸਾਂਜ ਚੌਧਰੀ ਕਰਤਾਰ ਸਿੰਘ ਆਦਿ ਨੂੰ ਡੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਥੇਦਾਰ ਪ੍ਰੀਤਮ ਸਿੰਘ ਗੁੰਜਰਾ ਨੇ ਜੇਲ੍ਹ ਵਿੱਚ ਭੋਖੜਤਾਲ ਸ਼ੁਰੂ ਕਰ ਦਿੱਤੀ ਬਾਦਲ ਘਰਾਣਾ ਜ਼ਿਲ੍ਹਾ ਫਰੋਜ਼ਪੁਰ ਹੁਣ ਫਰੀਦਕੋਟ ਦੇ ਰਹੀਸ ਬਾਦਲ ਘਰਾਣੇ ਨੇ ਇਸ ਮੋਰਚੇ ਵਿੱਚ ਬਾਤ ਚੜ੍ਹ ਕੇ ਕੁਰਬਾਨੀਆਂ ਕੀਤੀਆਂ ਹਨ ਸਰਦਾਰ ਪ੍ਰਕਾਸ਼ ਸਿੰਘ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੂਨ ਦੇ ਸ਼ੁਰੂ ਵਿੱਚ ਹੀ ਗ੍ਰਿਫਤਾਰ ਕਰ ਲਏ ਗਏ ਸਨ ਉਹਨਾਂ ਦੇ ਪਿੱਛੋਂ ਉਹਨਾਂ ਦੇ ਛੋਟੇ ਭਰਾ ਸਰਦਾਰ ਗਰਦਾਸ ਸਿੰਘ ਮੀਰੀਪੀਰੀ ਵਾਲੇਦਨ ਪਰ ਮਲੋੜ ਵਿੱਚ ਸੱਤਿਆਗ੍ਰਹਿ ਦੀ ਅਗਵਾਈ ਕਰਦੇ ਹੋਏ ਜੇਲ੍ਹ ਗਏ ਨਾਲ ਹੀ ਸਰਦਾਰ ਗੁਰਰਾਜ ਸਿੰਘ ਮੈਂਬਰ ਕੌਂਸਲ ਆਫ ਸਟੇਟ ਵੀ ਮੈਦਾਨ ਵਿੱਚ ਕੁੰਤਪੈ ਤੇ ਮੋਰਚੇ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਲੱਗੇ ਤੁਸੀਂ ਸੁਣ ਰਹੇ ਹੋ ਤਵਾਰੀਖ ਪੰਜਾਬੀ ਸੂਬਾ ਮੋਰਚਾ 1955